ਮੀਂਹ ਪੈ ਰਿਹਾ ਮੌਸਮ ਬੜਾ ਲਮਕਣਾ ਕੱਟ ਹਲੋ ਹਾਏ ਕੀ ਹਾਲ ਚਾਲ ਆ ਬੇ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਅੱਜ ਮੀਂਹ ਪੈ ਰਿਹਾ ਮੌਸਮ ਬਣਿਆ ਪਿਆ ਚੜਾ ਦੇਖੋ ਯਾਰ ਸੀਟ ਬੜੀ ਲਵੇਟਦਾ ਮਾੜਾ ਹੌਲੀ ਕਿੰਨਾ ਜਾ ਰਿਹਾ ਮੈਂ ਦੇਖ ਲਓ 20 ਦੇ ਵੀ ਨੀਗਾ ਤੇ ਫਿਰ ਵੀ ਇੰਨੀ ਸੀਟ ਦੇ ਵਿੱਚ ਤੇ ਜੇ 50 ਤੇ ਫਿਰ ਸਾਰਾ ਭਰ ਦੂੰ ਮੈਨੂੰ ਵੀ ਤੇ ਮੀਂਹ ਪੈ ਰਿਹਾ ਤੇ ਠੰਡ ਹੋ ਗਈ ਪੂਰੀ ਮੌਸਮ ਬਹੁਤ ਘੈਂਟ ਬਣ ਗਿਆ ਤੇ ਸਾਡੇ ਪਿੰਡ ਦੀ ਸੜਕ ਬਣ ਗਈ ਸੜਕ ਸੜਕ ਗਿਆਨੀ ਕਰਮਦੀਪ ਸਿੰਘ ਜੀ ਸਾਡੇ ਬਹੁਤ ਹੀ ਆਦਰਣੀਯ ਸਤਿਕਾਰਯੋਗ ਤੇ ਕੌਮ ਦੀ ਸ਼ਖਸੀਅਤ ਸਤਿਕਾਰਯੋਗ ਸੰਤਾਂ ਦਾ ਪ੍ਰਤਾਪ ਸਿੰਘ ਜੀ ਲੰਗਿਆਣਾ ਵਾਲੇ ਅਤੇ ਉਹਨਾਂ ਦੇ ਪੁੱਤਰ ਸਤਿਕਾਰਯੋਗ ਭਾਈ ਵੀਰ ਸਿੰਘ ਜੀ ਅਤੇ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਮਾਤਰਾ ਕੇ ਪੱਤਰ ਗੁਰੂ ਪਿਆਰੇ ਗੁਰੂ ਸਵਾਰੀ ਸਾਹਿਬ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਐਸੇ ਸੰਤਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਜੀ ਦਾ ਮਨਾਉਣੀਆਂ ਜਿਨ੍ਹਾਂ ਨੇ ਸਾਰਾ ਜੀਵਨ ਗੁਰਮਤ ਦੇ ਰਾਹ ਤੇ ਚੱਲ ਕੇ ਬਤੀਤ ਕੀਤਾ ਜਿਨ੍ਹਾਂ ਦਾ ਸਮੁੱਚਾ ਜੀਵਨ ਹੀ ਨਹੀਂ ਉਹਨਾਂ ਦੇ ਸਰੀਰ ਤੌਰ ਤੇ ਚਲੇ ਜਾਣ ਤੋਂ ਬਾਅਦ ਵੀ ਉਹਨਾਂ ਦਾ ਜੀਵਨ ਸਾਨੂੰ ਸੇਧ ਦੇ ਰਿਹਾ ਮੈਂ ਸੋਚਦਾ ਸੀ ਬੈਠਾ ਕਿ ਲੋਕ ਯੂਨੀਵਰਸਿਟੀਆਂ ਕਾਲਜਾਂ ਤੇ ਪੜ੍ਹ ਜਾਂਦੇ ਨੇ ਪਰ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਹੈ ਕਿ ਜਿਹੜਾ ਕੁਝ ਦੁਨੀਆਂ ਦੀਆਂ ਯੂਨੀਵਰਸਿਟੀਆਂ ਕਾਲਜਾਂ ਤੋਂ ਮਿਲ ਸਕਦਾ ਉਹ ਪੈਸੇ ਦੇ ਕੇ ਮਿਲਦਾ ਪਰ ਜਿਹੜਾ ਕੁਝ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਮਿਲ ਸਕਦਾ ਅਖਲਾਕੀ ਤੌਰ ਤੇ ਉੱਚੇ ਸੁੱਚੇ ਰਹਿ ਕੇ ਅਖਲਾਕੀ ਜੀਵਨ ਦੀਆਂ ਅਖਲਾਕੀ ਕਦਰਾਂ ਤੇ ਕੀਮਤਾਂ ਨੂੰ ਸਮਝਿਆ ਹੋਇਆ ਸਤਿਕਾਰਯੋਗ ਬਾਬਾ ਪ੍ਰਤਾਪ ਸਿੰਘ ਜੀ ਵਾਂਗ ਜੀਵਨ ਬਤੀਤ ਕਰਨ ਦੀ ਜਿਹੜੀ ਸੇਧ ਮਿਲ ਸਕਦੀ ਹੈ ਉਹ ਯਾਦ ਰੱਖੋ ਦੁਨੀਆਂ ਵਾਲੇ ਕੇਵਲ ਗੁਰੂ ਨਾਨਕ ਦੇ ਦਰ ਤੋਂ ਮਿਲ ਸਕਦੀ ਹੈ ਇਖਲਾਕੀ ਤੌਰ ਤੇ ਉੱਚੇ ਸੁੱਚੇ ਰਹਿ ਕੇ ਜੀਵਨ ਬਤੀਤ ਕਰਨਾ ਤੇ ਨਿਰੰਕਾਰ ਦੇ ਰਾਹ ਤੇ ਤੁਰਨਾ ਇਹ ਮੈਦੀ ਵੀ ਫ੍ਰੀ ਚ ਹੈ ਇੱਥੇ ਕਿਸੇ ਪੈਸੇ ਦੀ ਲੋੜ ਨਹੀਂ ਕੁਝ ਦੇਣ ਦੀ ਲੋੜ ਨਹੀਂ ਕੁਝ ਸੰਸਾਰੀ ਪਦਾਰਥ ਦੇਣ ਦੀ ਲੋੜ ਨਹੀਂ ਤੇ ਮੈਂ ਬਹੁਤਾ ਲੰਬਾ ਨਾਂ ਲਾਉਂਦਾ ਹੋਇਆ ਇਸ ਤਰ੍ਹਾਂ ਦੇ ਮਹਾਂਪੁਰਸ਼ਾਂ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦਾ ਇੱਕ ਨਿਰਣਾ ਹੈ ਇੱਕ ਸਪਸ਼ਟ ਆਦੇਸ਼ ਹੈ ਦੁਨੀਆਂ ਵਾਲਿਆਂ ਨੂੰ ਕਿ ਯਾਦ ਰੱਖਿਓ ਸ਼ਾਇਦ ਵੱਡੇ ਵੱਡੇ ਗਿਆਨੀ ਵੱਡੇ ਵੱਡੇ ਧਿਆਨੀ ਲੋਕ ਉਹਨਾਂ ਨੂੰ ਕਹਿੰਦੇ ਹੁੰਦੇ ਆ ਜਿਹੜੇ ਅੱਜ ਦੇ ਯੁੱਗ ਵਿੱਚ ਟੀਵੀਆਂ ਤੇ ਪ੍ਰਚਾਰ ਕਰਦੇ ਆ ਕਥਾ ਕਰਦੇ ਆ ਵੱਡੇ ਨਾਮ ਬਣਾਏ ਹੋਏ ਆ ਸ਼ਾਇਦ ਉਹ ਗਿਆਨੀ ਹੁੰਦੇ ਆ ਪਰ ਨਹੀਂ ਸਤਿਕਾਰਯੋਗ ਬਾਬਾ ਪ੍ਰਤਾਪ ਸਿੰਘ ਜੀ ਲੰਗਿਆਣੇ ਵਾਲੇ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਬੇਦੀ ਦੇ ਜੋਗੇ ਵਾਲੇ ਮਹਾਂਪੁਰਸ਼ ਅਤੇ ਹੋਰ ਅਨੇਕਾਂ ਕੌਮ ਕੌਮ ਵਿੱਚ ਐਸੇ ਮਹਾਂਪੁਰਸ਼ ਨੇ ਜਿਨ੍ਹਾਂ ਬਾਰੇ ਗੁਰੂ ਸਾਹਿਬ ਜੀ ਸਪਸ਼ਟ ਕਹਿੰਦੇ ਨੇ ਕਿ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਿਰਦਾ ਅਲੱਖ ਅਭੇਵਾ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਗੁਰੂ ਦੀ ਕਿਰਪਾ ਨਾਲ ਵਸ ਗਿਆ ਉਹ ਦੁਨੀਆਂ ਦੇ ਵੱਡੇ ਵੱਡੇ ਗਿਆਨੀਆਂ ਤੋਂ ਵੀ ਵੱਡੇ ਨੇ ਐਸੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਗੁਰੂ ਸਾਹਿਬਾਂ ਦੀ ਯਾਦ ਵਿੱਚ ਜਿਹੜੀ ਇਕੱਤਰਤਾ ਹੋ ਰਹੀ ਆ ਇਹਦੇ ਮਹਿਣੇ ਬੜੇ ਬਰੀਕ ਨੇ ਬੜੇ ਗੰਭੀਰ ਨੇ ਬੜੇ ਵਧੀਆ ਨਿਕਲਦੇ ਨੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਨਗਰ ਰੋਡੇ ਤੇ ਬਾਬਾ ਪ੍ਰਤਾਪ ਸਿੰਘ ਜੀ ਦਾ ਨਗਰ ਜਿੱਥੇ ਉਹ ਵਸੇ ਜਿੱਥੇ ਰਹੇ ਜਿੱਥੇ ਉਹਨਾਂ ਨੇ ਜੀਵਨ ਬਤੀਤ ਕੀਤਾ ਜਿੱਥੇ ਉਹਨਾਂ ਨੇ ਅਖਲਾਕੀ ਤੌਰ ਤੇ ਗੁਰਮੁਖ ਤੌਰ ਤੇ ਵਿਚਰਨ ਦੀਆਂ ਗੱਲਾਂ ਅੱਜ ਗਲੀਆਂ ਵਿੱਚ ਪਈਆਂ ਅੱਜ ਉਹਨਾਂ ਦੇ ਜੀਵਨ ਤੋਂ ਬਾਅਦ ਇਸ ਇਲਾਕੇ ਵਿੱਚ ਸਾਨੂੰ ਸੁਨੇਹ ਮਿਲਦੇ ਨੇ ਬਾਹਰੋਂ ਕਿ ਸਿੱਖੀ ਬਰਕਰਾਰ ਹੈ ਇਹ ਬਾਬਾ ਪ੍ਰਤਾਪ ਸਿੰਘ ਜੀ ਲੰਗਿਆਣੇ ਵਾਲਿਆਂ ਦੀ ਬਾਬਾ ਜੀ ਭਾਈ ਵੀਰ ਸਿੰਘ ਜੀ ਹੋਰਾਂ ਦੀ ਯਾਦ ਦਾ ਸਾਡੇ ਸਾਹਮਣੇ ਇਹ ਫਲਸਰੂਪ ਹੈ ਕਿ ਸਾਡੇ ਨੌਜਵਾਨ ਦਸਤਾਰਧਾਰੀ ਆ ਸਾਡੇ ਨੌਜਵਾਨ ਗੁਰਮਤ ਨਾਲ ਜੁੜ ਰਹੇ ਆ
बेनती है सारियां नूं तुहाडे बच्चे स्कूलों में पढ़ते हैं यूनिवर्सिटी में पढ़ते हैं वड्डियां वड्डियां दुनियावी तौर पर जो पदवियां हासिल कर लो पर गुरसिखी जीवन ना छड्डियो इहनूं समय की मुख लोड़ है ये सच्ची सच्ची श्रद्धांजलि होगी महापुरशां नूं बहुत बहुत धन्यवाद वाहिगुरु जी का खालसा वाहिगुरु जी की फतह बहुत बहुत धन्यवाद भाई बलविंदर सिंह जी जो फैडरेशन के मुख बुलारे ने सो बेनती है संगत को कि अमृत संचार की तैयारी है जिन्होंने अमृत छकना है भाई उन्होंने बेनती है कि दरबार साहब अंदर पहुंचने की कृपालता करो और इतने एक वैद भी आया है जोड़ा के दर्द का भाई जिसने दवाई लैनी हुई वह भी ले सकता है बाहर से अस्पताल लगी है हम बेनती है पंथ के महान ढाडी जथा भाई गुरजीत सिंह जी मानो चाल 40 मिनटों वास्ते आप संगत गुरमत विचार की सांझ पा के ढाडी वारा के राग महापुरखों का जस गुरु नानक साहब महाराज जी का जस आप संगत सरवण कराने सारी संगत को बेनती है कि 40 मिनट जिथे आप सुबह तो हाजरियां भर रहे हाँ यह समा साल बाद सू प्राप्त होना है आप 40 मिनट होर इन्हों के पासों क्योंकि माझे की धरती तो आए ने आप इन्होंने पासों ढाडी वारा गुरमत विचार सरवण करनिया ने इस करके सारी संगत को बेनती है कि वध तो वध पंडाल अंदर 40 मिनट आप होर बैठना है उस तो बाद आप समाप्ति करनी है आओ ढाडी भाई गुरजीत सिंह जी मानो चाल उन्होंने पासों गुरमत विचार सरवण करिए बिलाल फतेह वाहिगुरु जी का खालसा वाहिगुरु जी की फतेह वाहिगुरु वाहिगुरु जी वाहिगुरु जी वाहिगुरु जी
ਕੋਣ ਹੀ ਨਹਾ ਚਾਕਰ ਤੇਰਾ ਕੋਣ ਹੀ ਨਹਾ ਚਾਕਰ ਤੇਰਾ ਨੇਕ ਕੰਮ ਨਾ ਆਵੇ ਨੇਕ ਕੰਮ ਨਾ ਲਓ ਮੇਰੇ ਵੀਰੋ ਸੁਣ ਵਾਲੀ ਕੱਜ ਕਰ ਲਿਆ ਸਟਾਰਟ ਤੇ ਅੱਜ ਵਾਲਾ ਸ਼ੇਅਰ ਸੁਣੇ ਵੀ ਕਿਤੇ ਆ ਲਿਆਉਣਾ ਫਿਰ ਇਹੀ ਲੈ ਗਿਆ ਨਾ ਜਦੋਂ ਲਿਆਂਦਾ ਫਿਰ ਕੱਢਣਾ ਵੀ ਆਉਂਦਾ ਘੁਮਾ ਦੇ ਪੂਰਾ ਗਾਂ ਕਰ ਇੱਥੇ ਨਹੀਂ ਘੁਮਾਇਆ ਹਾਂ ਸ਼ੂਟਿੰਗ ਡਨ ਦੇ ਬੈਕ ਲੈ ਮਸ਼ੀਨ ਲੈ ਕੇ ਜਾਂਦਾ ਸਪਰੇ ਕਰਦੀਆਂ ਇਹਨੇ ਇਹਨੂੰ ਟਰੈਕਟਰ ਸਵਾਉਂਦੇ ਆਪ ਬਸ ਬਸ ਲਓ ਹੀ ਮਿੱਠੋ ਲੈ ਇਹਨੂੰ ਚਲਾਉਣਾ ਆਉਂਦਾ ਨੀ ਗਾ ਫਸਟ ਫੋਰਮ ਘੁਮਾ ਦੇ ਗਾਂ ਇਹ ਕਰਕੇ ਗਾਂ 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 ਚੱਲ 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 ਬਸ ਖਾ ਦੇ ਬ੍ਰੇਕ ਬਸ ਕਿ ਗਾਂ ਬਰਾਂਡਾ ਢਾਉਣਾ ਲਓ ਵੀ ਮੇਰੇ ਵੀਰੋ ਤੇ ਆਖੋ ਸ਼ੇਅਰ ਬੋਲਣ ਲਈ ਤਿਆਰ ਹੋ ਰਿਹਾ ਟਰੈਕਟਰ ਇਹਨੂੰ ਬਾਹਰ ਕੱਢਦੇ ਆ ਦੇ ਮੈਂ ਹੈਗਾ ਜਾਣਾ ਮੇਰੀ ਭੈਣ ਦਾ ਵਿਆਹ ਹੀ ਆ ਮੈਂ ਜਾਣਾ ਕੱਲ੍ਹ ਅਤੇ ਤਾਂ ਹੀ ਅੱਜ ਹੀ ਆਪਾਂ ਤਿੰਨ ਚਾਰ ਵੀਡੀਓ ਬਣਾ ਕੇ ਰੱਖ ਲੈਣੀ ਆ ਔਰ ਹੁਣ ਕੱਟ ਯਾਰ ਪਾਣੀ ਕਿੱਥੋਂ ਡੁੱਲੀ ਆਉਂਦਾ ਹੋਏ ਹੋਏ ਲਾਉਣੀ ਆ ਟਰਾਲੀ ਚੱਲ ਤੂੰ ਕਰ ਲਓ ਜੀ ਡਰਾਈਵਰੀ ਕਾਹਦੀ ਟਰਾਲੀ ਲਾ ਕੇ ਫਿਰ ਡਰਾਈਵਰੀ ਯਾਰ ਯਾਰ ਟਰਾਲਾ ਲਾ ਕੇ ਇਕੱਲਾ ਟਰਾਲਾ ਕਹਿੰਦਾ ਡਰਾਈਵਰੀ ਦੇਖ ਘੁਮਾ ਦੇ ਠੋਕ ਆ ਕਰਦੇ ਥਾਮੇ ਤੋੜ ਦੇ ਓਏ ਥੰਮ ਤੋੜ ਦੇ ਮਾੜਾ ਬੈਕ ਕਰ ਲਾ ਹੈ ਇੱਕ ਮਿੰਟ ਥੰਮ ਨੇ ਤਾਂ ਆਉਣਾ ਹੀ ਆ
थम खड़ा कर खड़ा कि थम ताऊ गई ठोक दे बैच नहीं तो ठोक दे बैच ट्रैक्टर तोड़ दे हम पदार रहे हैं पदारा नु तू इत्थे की करना नमकना कट ला बार हाँ हूं लग्या फोटो शूट दा कर दे बैग कनेडा च लै चलते हैं कनेडा इन्हें इंपोर्ट करा दे उत्थे हुणी आया चल आया अज ऑर्डर दे के आगे लो जी दो शेयर हो गया एक तसने लिए किने बना लिया ठीक है एक बना लिया एदे ते नवा मतलब आ जेड़ा हुण बनाया ये हरेक ट्रैक्टर ते ला सकदे तुसीं कोई भी ट्रैक्टर आ ट्रैक्टर दी गल कीती ले ठीक है ते हुण तो बाद देखदे आ केरा ला लगे अंदर बैक करके बरांडे विच लावा सौड़ा इन बहुत प्यार दित्ता तुसीं हरेक शेयर बैक ता नहीं करना है सीधा ही ला दे चल बैठो दे मां मेरे हैं ये पा दिया ऑडियो दे आजा हां सुनाओ दा गां देखांगे जी पहला माड़ा बुढ़ा सिखिया जी साडे कोल कहिंदे 744 स्वराज ओए ये दूजे गेर आज इहदे दा साइड ते आ साडे कोल जे 744 ओहदे 44 सी ओह मैं सिखिया होया जी हां 35 साडे कोल हराया ओह वी वेचता एवीं ओह वेचिया नहीं तां उहनूं पूरा कर लैणे ओह वी मोडी होई प्यार बनाई रखो जेड़े मेरे भरा इंस्टाग्राम तो आए आ कमेंट करके जरूर दस करे ठीक है जरूर 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 आपकी आई डी कमेंट कर दो जी भी इंस्टाली ठीक है प्रमाण के जरूर कमेंट करो प्यार बनाओ शेयर तो एक हाँ जरूरी काम शेयर जरूर करो सिर्फ पांच जने भेजा करो सिर्फ उन्होंने पंजन को अगले पंजन भेजा अगले पंजन मिलियन फॉलोवर अपने सबसक्राइबर वाह 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 क्या बात है सो चलो पांच जने जा स्टेटस बस एक काम करा करो पांच जने शेयर करा करो प्लीज जा स्टेटस पाया करो शेयर करा करो बस शेयर ना थोड़ी वीडियो वायरल हो लग जाने सुजैसट करता इंस्टाग्राम सॉरी यूट्यूब प्यार बनाओ जिमें जिमें इंस्टाग्राम से दे रहे यूट्यूब से भी प्यार दो ओके बाय टाटा मिलते हैं फिर नवे ब्लॉग दे विच बाय 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 मेरे वीरो बाय बाय।